ਸੱਜੇ ਲੰਗ ਪਾਕਿਸਤਾਨ ਦੇ ਵਿੱਚ ਆ ਕੇ ਸਾਡੇ ਮੁਸਲਮਾਨ ਕੁੜੀਆਂ ਦੇ ਫੁੱਦਿਆਂ ਵਿੱਚ ਵੜ ਰਹੇ ਨੇ। ਪਾਕਿਸਤਾਨ ਦਾ ਯੂਥ ਘਰੇ ਬੈਠਾ ਆਪਣੀ ਮਾਂ ਚਲਾਉਂਦਾ, ਭੈਣ ਦਾ ਲੋੜਾ ਕੁਛ ਨੀ ਕਰਦਾ। ਪਾਕਿਸਤਾਨ ਦਾ ਯੂਥ ਤਾਂ ਇੰਨਾ ਕਲਾਨਾ ਪੁੱਛੀ ਨਾ। ਆ ਪਿੱਛੇ ਜਿਹੇ ਮੈਨੂੰ ਇੱਕ ਫੋਨ ਆਇਆ ਗਾਂਡੂ ਦਾ ਕਰਾਚੀ ਤੋਂ, ਕਹਿੰਦਾ ਜਾਇਦ ਮੀਰ ਤੇਰੀ ਭੈਣ ਦੇ ਫੁੱਦੇ ਚਾਹੇ ਤਾਂ ਕਿੰਨੇ ਵੀ ਲੰਘ ਜਾ ਚੁੱਕਿਆ। ਮੈਂ ਕਿਹਾ ਮੇਰੀ ਭੈਣ ਦੇ ਫੁੱਦੇ ਤੋਂ ਤਕਰੀਬਨ 10 ਕੁ ਇੰਡੀਆ ਲੱਗਾ, 10 ਲੱਖ ਇੰਡੀਆ ਦਾ ਤੇ ਮੈਂ ਕਿਹਾ 5 ਲੱਖ ਯਹੂਦੀ ਤੇ 3 ਲੱਖ ਅਮਰੀਕਾ ਦੇ ਲੰਘ ਜਾ ਚੁੱਕਿਆ। ਉਹ ਕਹਿੰਦਾ ਮਹਾਰਾਜ ਮੇਰੀ ਕੁੜੀ ਦੇ ਫੁੱਦੇ ਦਾ 11 ਲੱਖ ਤੇ। ਮੈਂ ਕਿਹਾ ਭੈਣ ਚੋ ਤੂੰ ਤਾਂ ਸਾਲਾ ਮੇਰੀ ਕੁੜੀ ਨੂੰ ਪਿੱਛੇ ਹਟਤਾ। ਦੇਖ ਲਓ ਇੱਥੇ ਪਾਕਿਸਤਾਨ ਦੇ ਵਿੱਚ ਅੱਜ ਕੱਲ ਦੇ ਲੌਂਡੇ ਸਾਲੇ ਮੈਨੂੰ ਟੱਕਰ ਦੇਣ ਲੱਗ ਗਏ ਆ। ਇਹ ਮੇਰੀ ਭੈਣ ਦੇ ਫੁੱਦੇ ਦੇ ਨੂੰ ਪਿੱਛੇ ਹਟ ਕੇ ਅੱਗੇ ਲੰਘਣਾ ਚਾਹੁੰਦੇ ਆ, ਤਾਂ ਕਿ ਜਰਦਾਰੇ ਦੀ ਅੱਖਾਂ ਮੁਰੇ ਆਪਣੀ ਭੈਣ ਦੇ ਫੁੱਦੇ ਦੇ ਨੰਬਰ ਬਣਾ ਸਕਣ ਅਤੇ ਜਰਦਾਰੀ ਤੋਂ ਵਧੀਆ ਪੈਸੇ ਇਕੱਠੇ ਕਰ ਸਕਣ। ਅਮਰੀਕਾ ਨੇ ਜਰਦਾਰੀ ਨੂੰ ਵੀ ਇਕੱਲਾ ਬਣਾਇਆ, ਜਾਂ ਕੈਨੇਡਾ ਨੇ ਪ੍ਰਧਾਨ ਮੰਤਰੀ ਜਿਹੜਾ ਆਪਣੇ ਦੇਸ਼ ਦਾ ਲੌਂਡਾ ਗਿਲਾਨੀ ਉਹਨੂੰ ਬਣਾਇਆ ਹੋਇਆ। ਇਹ ਸਭ ਭੈਣ ਦੇ ਲੋੜੇ ਨੇ, ਸਭ ਪਾਕਿਸਤਾਨ ਲੁੱਟ ਰਹੇ ਨੇ, ਪਾਕਿਸਤਾਨ ਦੀ ਭੈਣਾਂ ਦੇ ਫੁੱਦੇ ਖਾ ਰਹੇ ਨੇ। ਤੇ ਸਾਡੀਆਂ ਕਸ਼ਮੀਰ ਵਿੱਚ ਮੁਸਲਮਾਨ ਕੁੜੀਆਂ ਦੇ ਫੁੱਦਿਆਂ ਦੇ ਵਿੱਚ ਜਿੰਨੇ ਵੀ ਅੱਤਿਆਚਾਰ ਹੁੰਦੇ ਆ, ਜਿੰਨੇ ਵੀ ਸੱਪ ਸੁੱਪ ਜਾਂ ਹੋਰ ਕੋਈ ਚੀਜ਼ਾਂ ਵੜਦੀਆਂ ਨੇ, ਇਹਦੇ ਪਿੱਛੇ ਇੰਡੀਅਨ ਸਰਾਹ ਦਾ ਹੱਥ ਆ। ਇੰਡੀਅਨ ਸਰਾਹ ਸਾਡੀ ਸ਼ਰੇਆਮ ਪਾਕਿਸਤਾਨ ਦੇ ਵਿੱਚ ਹੀ ਬੁੰਡ ਮਾਰਦੀ ਹੈ। ਤਾਜੀ ਰਸ਼ੀਦ ਦੀ ਬੁੰਡ ਇੰਡੀਅਨ ਸਰਾਹ ਨੇ ਕਟਾਈ, ਮੁਸ਼ਰਫ ਦੀ ਬੁੰਡ ਚ ਉਹਨਾਂ ਨੇ ਡੰਡਾ ਹੈਗਾ ਦਿੱਤਾ। ਵੀ ਮੁਸ਼ਰਫ ਨੇ ਤਾਜੀ ਰਸ਼ੀਦ ਨੂੰ ਕਿਹਾ ਵੀ ਜੇ ਤੂੰ ਪਾਕਿਸਤਾਨੀ ਮੁਸਲਮਾਨ ਕੁੜੀਆਂ ਜਿਹੜੀਆਂ ਤੇਰੇ ਮਦਰਸੇ 'ਚ ਨੇ ਉਹਨਾਂ ਨੂੰ ਇੰਡੀਆ ਦੇ ਲੰਨ ਨਾ ਦਵਾਏ ਤਾਂ ਤੇਰੇ ਮਦਰਸੇ 'ਤੇ ਹਮਲਾ ਹੋ ਜਾਣਾ। ਸਾਡੀਆਂ ਭੈਣਾਂ ਦੇ ਫੁੱਦੇ ਚੱਕਣਾ ਚੂਰ ਕੀਤੇ ਜਾ ਰਹੇ ਨੇ, ਸਾਡੀ ਭੈਣਾਂ ਦੇ ਫੁੱਦੇ ਚ ਲੰਗ ਪਾ ਪਾ ਕੇ ਮੁੜ ਕੇ ਭੰਗੜੇ ਪੈ ਜਾਂਦੇ ਨੇ। ਪੰਜਾਬ ਦੇ ਬੰਦੇ ਆਉਂਦੇ ਨੇ ਤੇ ਭੈਣ ਚੁੱਕ ਕੇ ਸਾਡੀ ਚਲੇ ਜਾਂਦੇ ਨੇ। ਪੰਜਾਬ ਦੇ ਬੰਦੇ ਕਹਿਣ ਤੋਂ ਮਤਲਬ ਮੇਰਾ ਇੰਡੀਆ, ਪੰਜਾਬ ਜਿਹੜਾ ਇੱਥੇ ਪਾਕਿਸਤਾਨ ਦਾ ਪੰਜਾਬ ਆ, ਤਾਂ ਗਾਂਡੂ ਆ, ਲੋੜਾ ਆ, ਉਹ ਤਾਂ ਲੰਘਣਾ ਭੈਣ ਦੇ ਲੋੜੇ ਨੇ। ਪਹਿਲਾਂ ਨੇ ਉਹ ਤਾਂ ਮਦਰਸੇ 'ਚ ਮੁੱਠ ਮਰਨ ਦੇ ਕੰਪਟੀਸ਼ਨ ਕਰਾਉਂਦੇ ਆ, ਭੈਣ ਦੇ ਯਾਰ ਆਪਣੀ ਭੈਣਾਂ ਦੀ ਫੁੱਦੀ ਵੜਵਾ ਕੇ ਹੀ ਸਾਰੇ ਈਦ ਦੀਆਂ ਟੋਪੀਆਂ ਲੈਂਦੇ ਨੇ, ਆਪਣੀ ਭੈਣ ਦੇ ਫੁੱਦਿਆਂ ਉੱਤੇ ਈਦ ਦੀਆਂ ਟੋਪੀਆਂ ਦੀ ਸੇਲ ਲਾਉਂਦੇ ਨੇ। ਤੇ ਇੰਡੀਆ ਦੇ ਬੰਦੇ ਯਹੂਦੀ, ਇੰਗਲੈਂਡ, ਅਮਰੀਕਾ ਦੇ ਹੋਰ ਬੰਦੇ ਆ ਕੇ ਸਾਡੀ ਭੈਣਾਂ ਦੇ ਫੁੱਦਿਆਂ ਦੇ ਉੱਪਰ ਹੀ ਟੋਪੀਆਂ ਲੈਂਦੇ ਨੇ ਤੇ ਸਾਡੀ ਭੈਣਾਂ ਚੋਰਦੇ ਨੇ ਖਾਟਾ। ਕਹਿੰਦੇ 2 ਟੋਪੀਆਂ ਨਾਲ ਇੱਕ ਪਾਕਿਸਤਾਨੀ ਕੁੜੀ ਦਾ ਫੁੱਦਾ ਫ੍ਰੀ ਦੇ ਨਾਲ ਚੁੱਤੇ ਮਰੂਗੀ, ਜਾਇਦ ਮੀਰ ਦੀ ਕੁੜੀ ਤਾਂ ਹਮੇਸ਼ਾ ਫੁੱਦਾ ਬਰਾਉਂ ਚ ਨੰਬਰ ਬਣ ਰਹੀ ਆ, ਤਾਂ ਹੁਣ ਮੈਨੂੰ ਵੀ ਪਿੱਛੇ ਛੱਡਿਆ ਜਾ ਰਿਹਾ। ਹੱਲ ਕੀਤਾ ਜਾ ਰਿਹਾ ਪਾਕਿਸਤਾਨ ਦੀ ਗਾਂਢ ਦਾ, ਤੇ ਜੁਲਾਂ ਦਾ ਜੂ ਘਰੇ ਬੈਠਾ ਮਾਂ ਚਲਾਉਂਦਾ ਆਪਣੀ ਹੱਲਾ ਗੁੱਲਾ ਕਰਕੇ ਪਾਕਿਸਤਾਨ ਦੀ ਗਾਂਢ ਚ ਇੰਨੇ ਲੁੱਲੇ ਵੜ ਗਿਆ ਭੈਣ ਚੋਦੋ। ਹੁਣ ਤਾਂ ਬਾਹਰ ਨਿਕਲੋ, ਪਾਕਿਸਤਾਨ ਦਾ ਜੂ ਹੱਲਾ ਗੁੱਲਾ, ਪਾਕਿਸਤਾਨ ਦੀ ਗਾਂਢ ਚ ਲੁੱਲਾ ਮੁੱਲੇ ਚਾਹੁੰਦੇ ਲੁੱਲੇ ਸਭ ਦੇ ਪੈਂਦੇ।